ਕੰਪਨੀ ਨੂੰ ਕਾਲ ਕਰਾਂ, ਅੱਜ ਮਾਲ ਪਹੁੰਚਿਆ ਨਹੀਂ ਅਜੇ ਤੱਕ। ਅਸਲਾਮ ਵਾਲੇਕੁਮ ਜਨਾਬ, ਕੀ ਹਾਲ ਏ ਯਾਰ? ਇੱਦਾਂ ਕਿ ਮਾਲ ਤੁਹਾਡਾ ਨਹੀਂ ਪਹੁੰਚਿਆ, ਤੁਹਾਨੂੰ ਪਤਾ ਹੁਣ ਰੋਜ਼ੇ ਮੌਕੇ ਅਤੇ ਸ਼ਾਦੀਆਂ ਦਾ ਸੀਜ਼ਨ ਆ ਅਤੇ ਰੋਜ਼ ਡਿਮਾਂਡ ਆ ਰੋਜ਼, ਅਤੇ ਮਾਲ ਬਈ ਰੋਕਿਆ ਨਾ ਕਰੋ, ਟਾਈਮ ਨਾਲ ਪੇਮੈਂਟ ਤੁਹਾਨੂੰ ਲਵਾ ਦਿੱਤੀ ਆ, ਮੈਂ ਆਹ ਸੈਂਡ ਕਰ ਰਿਹਾ ਤੁਹਾਡੇ ਅਕਾਊਂਟ 'ਚ, ਅਤੇ ਸ਼ਾਮ ਤੋਂ ਪਹਿਲੇ ਮਾਲ ਆ ਜਾਵੇ। ਆਹ ਪੇਮੈਂਟ ਹੋ ਗਈ? ਓਕੇ ਜਨਾਬ। ਹਾਂ ਪਤਾ ਸ਼ਾਦੀਆਂ ਦਾ ਸੀਜ਼ਨ ਹੈਗਾ, ਬਹੁਤ ਗਾਹਕ ਆ ਰਹੇ ਤੁਹਾਨੂੰ ਪਤਾ, ਅਤੇ ਤੁਹਾਨੂੰ ਪਤਾ ਕਿ ਅਸੀਂ ਮਾਲ ਇੱਕ ਨੰਬਰ ਦੇਈਦਾ, ਠੀਕ ਆ, ਆਪਣੇ ਕੋਲ ਨਾ ਲੋਕਲ ਕੁਆਲਿਟੀ ਲਿਆਂਦੀ ਜਾਂਦੀ ਅਤੇ ਨਾ ਵੇਚੀ ਜਾਂਦੀ ਹੈ, ਸ਼ਹਿਰਦਾਰੀ ਹੈਗੀ ਆ ਅਤੇ ਸਾਡੇ ਕੋਲ ਅੱਛੇ ਕਸਟਮਰ ਆਉਂਦੇ ਆ, ਅਤੇ ਸਾਡੀ ਕੋਸ਼ਿਸ਼ ਹੁੰਦੀ ਕਿ ਇੱਕ ਨੰਬਰ ਚੀਜ਼ ਦਈਏ ਕਸਟਮਰ। ਥੈਂਕ ਯੂ ਥੈਂਕ ਯੂ ਥੈਂਕ ਯੂ। ਚਲੇ ਠੀਕ ਹੈ, ਸ਼ਾਮ ਤੱਕ ਪਹੁੰਚ ਜਾਏਗੀ ਬਿਲਡਿੰਗ ਆਪਣੀ? ਓਕੇ ਓਕੇ, ਗਾੜੀ ਨਿਕਲੀ ਹੋਈ ਹੈ? ਚਲੇ ਠੀਕ ਹੈ, ਓਕੇ, ਸਿੱਧਾ ਗੋਦਾਮ 'ਤੇ ਭੇਜ ਦੇਗਾ ਗਾੜੀ। ਕਿਹੜਾ ਗੱਦਾ ਲੈਣਾ ਜਨਾਬ? ਸਪਰਿੰਗਾਂ ਵਾਲਾ ਗੱਦਾ ਤੋਂ ਲੈਣਾ, ਸਪਰਿੰਗਾਂ ਵਾਲਾ ਸਾਡੇ ਕੋਲ ਬਹੁਤੀਆਂ ਕੁਆਲਿਟੀਆਂ ਹੈਗੀਆਂ, ਤੁਸੀਂ ਕਿਹੜੀ ਕੁਆਲਿਟੀ ਲੈਣਾ ਤੇ ਕਿੰਨੇ ਇੰਚ ਦਾ ਲੈਣਾ? ਜਿਹੜਾ ਸਪਰਿੰਗ ਵਾਲਾ ਹੁੰਦਾ ਸਟਾਲ ਵਾਲਾ ਮਨਾ ਕੁਆਲਿਟੀਆਂ ਜਿਹੜੀਆਂ ਹੁੰਦਾ ਯਾਰ। ਬਾਈ ਗੱਦਾ ਹੀ ਲੈਣ ਆਏ ਹੋ ਕਿ ਬਾਂਦਰੀ ਲੈਣ ਆਏ ਹੋ? ਸਪਰਿੰਗਾਂ ਵਾਲਾ ਉੱਪਰ ਇੱਕੋ ਤੁਹਾਡੀ ਗੱਲ ਆ, ਸਪਰਿੰਗਾਂ ਵਾਲਾ ਲੈਣਾ, ਸਪਰਿੰਗਾਂ ਸਪਰਿੰਗਾਂ ਵਾਲੇ 'ਚ ਕੁਆਲਿਟੀ ਹੁੰਦੀ ਆ, ਦੱਸੋ ਕਿਹੜੀ ਕੁਆਲਿਟੀ ਲੈਣੀ, ਕਿਹੜੀ ਕੰਪਨੀ ਦਾ ਲੈਣਾ? ਪਹਿਲੇ ਕਿੰਨੇ ਇੰਚ ਦਾ ਗੱਦਾ ਲੈਣਾ ਯਾਰ? ਕੁਆਲਿਟੀ ਕੋਈ ਵੀ ਹੋਵੇ ਪਰ ਹਾਲ ਉਛਲਦਾ ਹੋਵੇ। ਬਸ ਬਾਂਦਰੀ ਚਾਹੀਦੀ ਤੁਹਾਨੂੰ ਉਛਲਣ ਵਾਲੀ, ਗੱਦਾ ਨਹੀਂ ਮੈਨੂੰ ਲੱਗਦਾ ਚਾਹੀਦਾ ਤੁਹਾਨੂੰ? ਨਹੀਂ ਨਹੀਂ ਗੱਦਾ ਚਾਹੀਦਾ, ਸਪਰਿੰਗਾਂ ਵਾਲਾ ਚਾਹੀਦਾ। ਗੱਦਾ ਚਾਹੀਦਾ? ਹਾਂਜੀ। ਕਿੰਨੇ ਇੰਚ ਦਾ ਚਾਹੀਦਾ? ਨਾ ਮਿਸਤਰੀ ਲੈਂਟਰ ਵਾਲੇ ਨੂੰ ਪੁੱਛਣਾ ਤੁਸੀਂ? ਅੱਛਾ ਅੱਛਾ, ਬੈਡ ਬਣਾ ਕੇ? ਮੈਨੂੰ ਲੱਗਦਾ ਇਹਨਾਂ ਬੰਦਿਆਂ ਨੇ ਪਹਿਲੀ ਵਾਰੀ ਬੈਡ ਬਣਵਾ ਲਿਆ। ਕਿੱਥੋਂ ਆਏ ਹੋ? ਪਿੰਡੋਂ ਆਏ ਹੋ? ਤੁਹਾਡਾ ਕਸੂਰ ਕੋਈ ਨੀ, ਤੁਹਾਡਾ ਕਸੂਰ ਕੋਈ ਨੀ, ਭਾਈ ਤੁਸੀਂ ਹੁਣ ਗੱਦਾ ਲੈਣ ਆਏ ਹੋ, ਮੈਨੂੰ ਸਮਝ ਨੀ ਆ ਰਹੀ ਸਪਰਿੰਗਾਂ ਵਾਲਾ ਲੈਣਾ ਹੈ ਉਛਲਣ ਵਾਲਾ ਲੈਣਾ ਹੈ? ਪਿੰਡੋਂ ਆਮ ਕਿਹੜਾ, ਇੰਨੇ ਪੜ੍ਹੇ ਲਿਖੇ ਨਹੀਂ ਤੁਸੀਂ, ਪੜ੍ਹੇ ਲਿਖੇ ਨੇ ਤੁਸੀਂ ਸਮਝ ਜਾਣੀ ਚਾਹੀਦੀ ਨਾ ਵੀ ਅਸੀਂ ਕਿਹੜਾ ਗੱਦਾ ਕਹਿ ਰਹੇ। ਚਲੋ ਜੀ ਮੈਂ ਦਹਾਨਾ, ਤੁਹਾਨੂੰ ਪਤਾ ਛੋਟੇ ਦਹਾ ਯਾਰ, ਇਹਨਾਂ ਨੂੰ ਗੱਦਾ ਦਹਾ ਕੋਈ। ਓ ਭਾਈ ਨਾਮ ਨਹੀਂ ਬਾਹਰ ਕਿਸੇ ਯਾਰ, ਠੀਕ ਹੋ? ਹਾਂਜੀ ਹੁਕਮ ਕਰੋ ਭਾਈ, ਕੀ ਚਾਹੀਦਾ? ਸਪਰਿੰਗਾਂ ਵਾਲਾ ਗੱਦਾ ਦਾ ਮੈਡਮ। ਅੱਛਾ ਕਿੱਡਾ ਮੋਟਾ ਹੋਵੇ, ਬਰੀਕ ਹੋਵੇ ਕਿ ਮੋਟਾ ਹੋਵੇ? ਕਿੱਡਾ ਮੋਟਾ ਹੋਵੇ, ਮੋਟਾ ਮੋਟਾ ਹੋਵੇ, ਬਾਲਾਂ ਉਛਲਦਾ ਹੋਵੇ। ਅੱਛਾ ਹਾਂਜੀ, ਉਛਲਦਾ ਹੋਵੇ, ਉਹਨਾਂ ਵਿੱਚ ਸਪਰਿੰਗ ਪਾ ਦਈਏ? ਕੋਈ ਵਿੱਚ ਹੋਰ ਕੋਈ ਪਾ ਦੱਸੋ ਵੀ ਜਿਹੜਾ ਸਪਰਿੰਗ ਪਾ ਦਿਓ। ਸਪਰਿੰਗ ਛੋਟਾ ਪਾ ਦਈਏ, ਵੱਡਾ ਪਾ ਦਈਏ? ਦੱਸੋ ਮੈਨੂੰ ਕਿੱਡਾ ਸਪਰਿੰਗ ਪਾ ਦਿਓ। ਬਸ ਫਿਰ ਹੁਣ ਕੋਈ ਬੰਦਾ ਲੱਭ ਨਹੀਂ ਆਏਗਾ ਜਿਹੜਾ ਜਿਹੜਾ ਵੱਡਾ ਸਪਰਿੰਗ ਬਣਾ ਯਾਰ, ਅਸਾਂ ਦਾ ਚੋਕ ਵੀ ਦੇ ਕਰ ਦੇਖਾ। ਅੱਛਾ ਉਹਦੇ ਬੱਚੇ ਉੱਪਰ ਖੇਲਦੇ ਨੇ ਤੇ ਉਹ ਐ ਉਛਲ ਉਛਲ ਵੱਜਦੇ। ਅੱਛਾ ਜਿਹੜਾ ਸਪਰਿੰਗ ਪਾਇਆ ਬੱਚਿਆਂ ਨੇ ਪਾਇਆ, ਬਾਕੀ ਗੱਡੇ ਚ ਪਾਇਆ? ਦੱਸੋ ਪਾਇਆ। ਅੱਛਾ ਅੱਛਾ, ਮੈਂ ਸਮਝ ਗਈ ਕੁਛ ਹੋਰ ਸੀ ਨਾ, ਮੇਰਾ ਉਹ ਤੁਹਾਨੂੰ ਦਿਖਾਉਣਾ ਆ ਜੀ ਉਧਰ। ਸਲੰਗਾ ਮਾਰੋ ਤੇ ਆਪੀ ਛਾਤਰਾਂ ਲਾਏਗਾ, ਉਛਲ ਬੜਾ ਉਛਲੇਗਾ ਇਹ। ਪੱਕੀ ਗੱਲ? ਹਾਂ ਬਹੁਤ ਪੱਕੀ, ਮੈਂ ਕਹਿੰਦਾ ਦੋ ਬੰਦੇ ਪਾੜੀਓ ਬਸ ਇਹੀ ਹੈ ਵੀਰੇ।
ਦੋ ਬੰਦੇ ਵੀ ਬਹਿ ਕੇ ਉਛਲੇ ਉਹ ਲਾ ਕੇ ਆਈਦਾ ਸਾਂ ਜਾਂ ਫਿਰਦਾ ਕਰੋ ਫਿਰ ਮੋਟਰਸਾਈਕਲ ਸ਼ਾਖਾ ਨੇ ਨਾਲ ਨਾਲ ਬੋਲੀ ਉੱਪਰ ਰਹੇ ਯਾਰ ਮੋਟਰਸਾਈਕਲ ਸ਼ਾਖਾ ਪਾਉਣਾ ਨਾ ਫਿਰ ਇਹ ਉੱਤੇ ਤੇ ਉੱਚੜੀਆਂ ਵਜੇ ਕਾੜਾ ਯਾਰ ਸਾਨੂੰ ਸੁਪਰੀਮਾ ਵਾਲਾ ਚਾਹੀਦਾ ਸਾਪਾਂ ਨੂੰ ਬੋਲੀ ਹਾਂ ਉਹ ਤੇ ਸੁੱਚਾ ਤੇ ਅੰਗਰੇਜ਼ ਜਿਹੜਾ ਮਿਸਲ ਉੱਥੇ ਹੋਵੇ ਉੱਥੇ ਲਾਣਾ ਯਾਰ ਉੱਛਲੇ ਰਬੋ ਤੇੜਾ ਯਾਰ ਕੋਈ ਚੰਗਾ ਜਾਂ ਵਫਾਤ ਹੈ ਜਿਹੜਾ ਉੱਛਲਦਾ ਵਾਵਾ ਹੋਵੇ ਉਛਲਣ ਵਾਲੀ ਬਾਂਦਰੀ ਲੈਣੀ ਇਹਨਾਂ ਨੇ ਉੱਥੇ ਕੱਲ ਨੂੰ ਨੱਚਣਾ ਠੀਕ ਹੈ ਸਾਰੇ ਇਹਨਾਂ ਦੇ ਖਾਨਦਾਨ ਉੱਤੇ ਗੱਦੇ ਤੇ ਨੱਚਣਾ ਇਹਨਾਂ ਮੈਨੂੰ ਪਤਾ ਗਰੰਟੀ ਕਾਰਡ ਉੱਤੇ ਲਿਖਦੇ ਵੀ ਨੇਲ ਗਰੰਟੀ ਪਿੰਡੂ A few moments later. ਕੰਮ ਦਾ ਟਾਈਮ ਤੁਸੀਂ ਕਿੱਥੇ ਮੇਰਾ ਦਿਮਾਗ ਖਰਾਬ ਕਰਨ ਆ ਗਏ ਯਾਰ ਟੋਰ ਦੱਦਾ ਨੀ ਚਾਹੀਦਾ ਇੱਥੇ ਸਾਡੇ ਕੋਲ ਨੀ ਹੈਗਾ ਦੱਦਾ ਦੁਕਾਨ ਚ ਸੋਣਾ ਤੁਸੀਂ ਕਾਰੋਬਾਰ ਦਾ ਟਾਈਮ ਆ ਕਿਉਂ ਤੁਸੀਂ ਆ ਗਏ ਸਵੇਰੇ ਸਵੇਰੇ ਦਾ ਬਣ ਕੇ ਜਗ੍ਹਾ ਚਾਹੀਦੀ ਛੋਟੇ ਆ ਇਹਨਾਂ ਦੀ ਸੁਣ ਮੇਰੇ ਪਾਗਲ ਮੱਥੇ ਲਾ ਤੇ ਸਵੇਰੇ ਸਵੇਰੇ ਮੈਨੂੰ ਪਾਗਲ ਕਰੇ ਗਿਆ ਇਹਨਾਂ ਦੀ ਸੁਣ ਕੀ ਕਹਿੰਦੇ ਆ ਯਾਰ ਜਾਓ ਯਾਰ ਕਿੱਥੇ ਯਾਰ ਹਾਂਜੀ ਭਾਈ ਕੀ ਚਾਹੀਦਾ ਬਸ ਮਾਰੇਗਾ ਸਾਡੇ ਕੋਲ ਵੀ ਖਾਏਗਾ ਮੇਰਾ ਦਾਦਾ ਗ੍ਰਸਤਾ ਲੈ ਕੇ ਸਮਝ ਆਉਂਦੀ ਪਈ ਹੈ ਉਹੀ ਦੱਸਿਆ ਮੈਂ ਵੀ ਕੋਈ ਹਾਲ ਨੀ ਫੜਾ ਯਾਰ ਗੱਦਾ ਜਿਹੜਾ ਕਹਿੰਦੇ ਆ
ਦੇਖੋ ਕਿਹੜਾ ਲੈਣਾ ਹੈ, ਪਸੰਦ ਕਰੋ ਅਗਰ ਕਿਹੜਾ ਲੈਣਾ। ਟੂਟੀ ਪਾਣੀ ਵਾਲੀ ਇਹ ਕੀ ਤੈਨੂੰ ਲੱਤਾਂ ਦੁਖ ਜਾਂਦੀਆਂ ਰੁਪਏ ਦਾ ਕੀ ਮੇਰੇ ਮੱਥੇ ਯਾਰ, ਮੈਂ ਸਿਰ ਖਾ ਲੈਣਾ ਯਾਰ, ਮੈਨੂੰ ਕੁਰਸੀ ਕਿਹੜੀ ਕਹਿੰਦਾ ਪਿਆ ਯਾਰ, ਇਹ ਹੈ 3000 ਰੁਪਏ ਦੀ ਆ। ਹੈਲੋ ਭਾਈ ਬਾਹਰ ਕੱਢੋ ਇਹਨਾਂ ਯਾਰ, ਕੀ ਯਾਰ ਤੈਨੂੰ ਜਿੰਨੇ ਪੈਸੇ ਦੇਣਾ ਪਿਆ ਅੱਧਾ ਲਾਣਾ ਵਿੱਚੋਂ, ਜਿੰਨੇ ਕਹਿਣਾ ਪਿਆ ਲੇਕਿਨ ਪੂਰੇ ਪੈਸੇ ਲਾਣੇ ਦੱਸਿਆ। ਬਸ ਯਾਰ ਬਾਹਰ ਕੱਢੋ ਇਹਨਾਂ ਨੂੰ ਯਾਰ ਯਾਰ, ਉਹ ਨਹੀਂ ਯਾਰ ਚਲਾਓ ਯਾਰ, ਆਪਣੀ ਗੱਲ ਨੀ ਬਣਨੀ ਯਾਰ, ਚਲਾਓ ਉਧਰ ਨਰਕਾਂ ਕੋਲ ਗੱਲ ਕਰਦੇ ਆ, ਕੀ ਕਹਿੰਦੇ ਆ ਪਤਾ ਹੁੰਦਾ ਨੀ ਖਾਣ ਵਾਸਤੇ ਆ ਜਾਂਦੇ ਸੁਬਹ ਸੁਬਹ, ਜਿਹੜਾ ਰੋਜ਼ੀ ਰੋਟੀ ਦਾ ਟਾਈਮ ਹੁੰਦਾ ਤੇ ਭੈਣ ਖਾਣ ਵਾਸਤੇ ਆ ਜਾਂਦੇ। ਅਸਲਾਮ ਵਾਲੇਕੁਮ ਵੀਰਸ, ਕੈਸੇ ਹੈ ਸਭ? ਠੀਕ ਹੈ, ਉਮੀਦ ਕਰਤਾ ਹੂੰ ਕਿ ਆਪਕੋ ਵੀਡੀਓ ਹਮਾਰੀ ਪਸੰਦ ਆਈ ਹੋਗੀ। ਆਜ ਹਮਨੇ ਥੋੜੀ ਸੀ ਫਰੀ ਵੀਡੀਓ ਬਣਾਈ ਹੈ, ਤੋ ਯੇ ਮੇਰੇ ਇੱਕ ਦੋਸਤ ਕੀ ਦੁਕਾਨ ਹੈ ਸਾਜਿਦ ਭਾਈ ਕੀ, ਠੀਕ ਹੈ, 5-star ਫਾਰਮ ਕੇ ਨਾਮ ਸੇ ਇਨਕੀ ਦੁਕਾਨ ਹੈ ਚੌਕ ਫਾਰਾ ਮੇ। ਇਨਕੇ ਪਾਸ ਬਹੁਤ ਹੀ ਅੱਛੀ ਕੁਆਲਿਟੀ ਕੇ ਮੈਟਰਸ ਹੈ, ਬਹੁਤ ਹੀ ਅੱਛੀ ਕੁਆਲਿਟੀ ਕੇ ਇਨਕੇ ਪਾਸ ਸਮਾਨ ਹੈ, ਔਰ ਇਨਕੇ ਫਰਨੀਚਰ ਕੀ ਵੀ ਦੁਕਾਨ ਮੈਂ ਦੂਸਰੇ ਭਾਈ ਕੀ, ਜਿਸ ਕਿਸੀ ਭਾਈ ਨੇ ਵੀ ਲੈਣਾ ਹੋ ਤੋ ਯਹਾਂ ਪੇ ਆ ਕੇ ਵੋ ਲੇ ਸਕਤਾ ਹੈ। ਅੱਛੀ ਕੁਆਲਿਟੀ ਇਨਕੇ ਪਾਸ, ਬਹੁਤ ਜ਼ਬਰਦਸਤ ਹੈ, ਠੀਕ ਹੈ। ਆਪ ਮੈਂ ਸਪੋਂਸਰ ਨੰਬਰ ਇਨਕੇ ਮੈਂ ਕਾਰਡ ਬਾਇਓ ਮੇ ਲਗਾ ਦੇਤਾ ਹੂੰ, ਨੰਬਰ ਲਗਾਤਾ ਹੂੰ ਬਾਇਓ ਮੇ, ਆਪ ਲੋਗ ਵਹਾਂ ਪੇ ਆ ਕੇ ਵਿਜ਼ਿਟ ਕਰ ਸਕਤੇ। ਜੋ ਚਿਸ਼ਤੀਆਂ ਸੇ ਦੋਸਤ ਤਾਲੁਕ ਰੱਖਤੇ ਹੈ, ਕਿਸੀ ਨੇ ਸ਼ਾਦੀ ਵਿਆਹ ਕੇ ਲੀਏ ਫਰਨੀਚਰ ਲੈਣਾ ਹੋ, ਕੁਛ ਸਮਾਨ ਲੈਣਾ ਹੋ, ਤੋ ਇਨਸੇ ਆ ਕੇ ਰਾਬਤਾ ਕਰ ਸਕਤੇ।
ਓਕੇ ਵੀ ਬਸ ਖੁਦਾ ਹਾਫਿਜ਼।